ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮੂਲ ਨਿਵਾਸੀ ਆਜ ਹਮ ਯੂਐਨਓ ਕੇ ਸਾਹਮਣੇ ਭਾਰਤ ਕੀ ਵਿਦੇਸ਼ ਮਿਨਿਸਟਰ ਸੁਸ਼ਮਾ ਸਵਰਾਜ ਜੋ ਬੀਜੇਪੀ ਆਰਐਸਐਸ ਕੀ ਮੈਂਬਰ ਹੈ ਔਰ ਜੋ ਆਰਐਸਐਸ ਜੋ ਬ੍ਰਾਹਮਣ ਰਾਜ ਭਾਰਤ ਮੇ ਸਥਾਪਿਤ ਕਰਨਾ ਚਾਹਤੀ ਹੈ ਔਰ ਮਨੂ ਸਮ੍ਰਿਤੀ ਕੋ ਲਾਗੂ ਕਰਨਾ ਚਾਹਤੀ ਹੈ ਹਮ ਉਸਕੇ ਵਿਰੋਧ ਮੇ ਭਾਰਤ ਕੇ ਮੂਲ ਨਿਵਾਸੀਓ ਕੀ ਔਰ ਸੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਸਕੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਉਨਸੇ ਉਨਕਾ ਜੋ ਮੈਸੇਜ ਹੈ ਵੋ ਡਿਲੀਵਰ ਕਰਨੇ ਕੇ ਲੀਏ ਯੂਐਨਓ ਕੇ ਸਾਹਮਣੇ ਜਾ ਰਹੇ ਹੈ ਅੰਦਰ ਸੁਸ਼ਮਾ ਸਵਰਾਜ ਬੋਲੇਗੀ ਔਰ ਬਾਹਰ ਹਮ ਭਾਰਤ ਕੀ ਯੇ ਆਰਐਸਐਸ ਔਰ ਬ੍ਰਾਹਮਣ ਵਾਦੀ ਤਾਕਤੋਂ ਕਾ ਚਿਹਰਾ ਦੁਨੀਆ ਕੇ ਸਾਹਮਣੇ ਨੰਗਾ ਕਰੇਗੀ ਹਮ ਦੁਨੀਆ ਕੇ ਲੋਕੋ ਕੋ ਯੇ ਬਤਾਏਂਗੇ ਆਜ ਕਿ ਭਾਰਤ ਮੇ 85% ਜੋ ਭਾਰਤ ਕੇ ਮੂਲ ਨਿਵਾਸੀ ਲੋਕ ਹੈ ਜਿਨਮੇ ਸਿੱਖ ਵੀ ਹੈ ਮੁਸਲਮਾਨ ਵੀ ਹੈ ਲੰਗਾਇਤ ਵੀ ਹੈ ਬੋਧੀ ਵੀ ਹੈ ਈਸਾਈ ਵੀ ਹੈ ਔਰ ਐਸਸੀ ਐਸਟੀ ਓਬੀਸੀ ਹੈ ਉਨਕੋ ਯੇ ਖਤਮ ਕਰਨੇ ਕੇ ਲੀਏ ਯੇ ਤੁਲੇ ਹੋਏ ਹੈ ਬ੍ਰਾਹਮਣਵਾਦੀ ਤਾਕਤੇ ਔਰ ਇਧਰ ਹਮ ਬਾਮਸੇਵ ਜਿਸਕੇ ਨੈਸ਼ਨਲ ਪ੍ਰੈਜੀਡੈਂਟ ਸ਼੍ਰੀ ਬਾਮਨ ਮੇਸ਼ਰਮ ਜੀ ਹੈ ਉਨਕਾ ਜੋ ਸੰਗਠਨ ਬਾਮਸੇਵ ਹੈ ਉਸਨੇ ਹਮਕੋ ਏਕ ਪਲੇਟਫਾਰਮ ਦੇ ਦਿਆ ਹੈ ਹਮ ਬਾਮਸੇਵ ਕੇ ਪਲੇਟਫਾਰਮ ਸੇ 85% ਲੋਕ ਅਬ ਇਨ ਬ੍ਰਾਹਮਣਵਾਦੀ ਤਾਕਤੋਂ ਕੋ ਭਾਰਤ ਸੇ ਵੀ ਨਿਕਾਲੇਂਗੇ ਔਰ ਪੰਜਾਬ ਮੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕਾ ਜੋ ਸੁਪਨਾ ਥਾ ਬੇਗਮਪੁਰਾ ਖਾਲਸਾ ਰਾਜ ਸਥਾਪਿਤ ਕਰੇਂਗੇ ਔਰ ਭਾਰਤ ਮੇ ਵੀ ਬ੍ਰਾਹਮਣੋ ਕੋ ਨਿਕਾਲ ਕਰ ਵਹਾਂ ਪਰ ਭਾਰਤ ਕੇ ਮੂਲ ਨਿਵਾਸੀਓ ਕਾ ਰਾਜ ਮੂਲ ਨਿਵਾਸੀ ਰਾਜ ਸਥਾਪਿਤ ਕਰੇਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ